ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਕਈ ਦਿਨ ਮੰਗ ਹੋ ਗਏ ਉਡੀਕਦੇ ਨੂੰ ਕਰਮ ਵਾਲੀ ਨੂੰ, ਅੱਜ ਸੌਣ ਦੀ ਤਿਆਰੀ 'ਚ। ਦੇਖੋ ਵਾਹਿਗੁਰੂ ਦੀ ਕਿਰਪਾ ਰਹੇ, ਸੁਖੀ ਸ਼ਾਂਤੀ ਸੋ ਜੇ, ਚੰਗੀ ਗੱਲ ਆ। ਪਹਿਲਾਂ ਬੈਠ ਗਈ ਸੀ, ਹੁਣ ਬੈਠ ਨਹੀਂ ਰਹੀ। ਲਓ ਜੀ, ਵਾਹਿਗੁਰੂ ਦੀ ਪੂਰੀ ਕਿਰਪਾ ਰਹੀ, ਜੋ ਕਿਹਾ ਸੀ ਵਾਹਿਗੁਰੂ ਨੇ ਉਹੀ ਦਿੱਤਾ। ਫੀਮੇਲ ਕਾਫ ਆ ਗਿਆ ਬਈ, M 466 ਦਾ ਚੱਲ, DV ਦੇ DV ਦਾ ਰਿਜ਼ਲਟ। ਸੁਖੀ ਸ਼ਾਂਤੀ ਆਪਣੇ ਆਪੇ ਸੁਖੀ ਬਈ, ਕਰਮ ਵਾਲੀ। ਬਹੁਤ ਬਹੁਤ ਵਾਹਿਗੁਰੂ ਦਾ ਧੰਨਵਾਦ ਆ ਜੀ, ਬਹੁਤ ਚਿਰ ਤੋਂ ਉਡੀਕ ਰਹੇ ਸੀਗੇ। ਸੁਖੀ ਸ਼ਾਂਤੀ ਸੂਗੀ ਆਪਣੇ, 13ਵਾਂ ਪਤਾ ਨਹੀਂ 14ਵਾਂ ਸੂਆ ਸੂਗੀ ਬਈ ਆਪਣੀ ਕਰਮ ਵਾਲੀ, ਐਨ ਪ੍ਰੋਪਰ ਸਹੀ ਤਰੀਕੇ ਨਾਲ। ਬੱਚਾ ਵੀ ਪੂਰਾ ਹੈਲਦੀ ਆ, ਸ਼ੁਕਰ ਮਾਲਕਾ ਤੇਰਾ, ਧੰਨਵਾਦ ਜੀ। ਹਾਂਜੀ, ਜਿਹੜੀ ਆਪਣੇ ਕਰਮਾਂ ਵਾਲੀ ਦੇ ਪਿੱਛੇ ਫੀਮੇਲ ਕਾਫ ਆਈ, ਆਪਾਂ ਬੁੱਲ ਬਾਰੇ ਡਿਟੇਲ ਦੇਵਾਂਗੇ, ਡਿਟੇਲ ਪੂਰੀ ਸਾਂਝੀ ਕਰਾਂਗੇ। ਇਹ ਆਪਣੇ ਜੀ ਬੁੱਲ ਨੰਬਰ ਇਹਦਾ ਹੈਗਾ HLDV M 466 ਆ ਜੀ। ਇਹਦਾ ਜਨਮ 14 ਤਰੀਕ 8ਵਾਂ ਮਹੀਨਾ 2015 ਦਾ, ਅਤੇ ਇਹਦਾ ਬਾਪ ਹੈਗਾ PC 1077 HLDV GGN, ਅਤੇ ਇਹਦੀ ਮਾਂ ਦਾ ਦੁੱਧ ਹੈ ਇੱਕ ਦਿਨ ਦਾ ਜੀ 23 ਕਿਲੋ ਪਲੱਸ, ਅਤੇ ਪੂਰੇ ਸੂਏ ਦਾ 46-10 kg। ਸਿੰਘਾਂ ਕਨੀ ਤੋਂ ਵੀ ਬਹੁਤ ਚੰਗਾ ਹੈ, ਅਤੇ ਉੱਤੋਂ ਜੈੱਡ ਬਲੈਕ, ਆਪ ਵੀ ਜੈੱਡ ਬਲੈਕ ਹੈ, ਅਤੇ ਬੱਚੇ ਜ਼ਿਆਦਾਤਰ ਜੈੱਡ ਬਲੈਕ ਪਾਉਂਦਾ ਰਿਕਾਰਡ। ਕਹਿੰਦੇ ਤਾਂ ਬਹੁਤ ਹੀ ਚੰਗਾ ਬੁੱਲਾ ਆਪਣਾ ਕਰਮ ਵਾਲੀ ਨੇ, ਆਪਣੀ ਨੇ ਜਨਮ ਦਿਆ ਫੀਮੇਲ ਕਾਫ ਨੂੰ। ਉਹ ਵੀ ਬੱਚੀ ਅੱਗੇ ਫੁੱਲ ਜੈੱਡ ਬਲੈਕ, ਆਪਣੀ ਕਰਮ ਵਾਲੀ ਵੀ ਜੈੱਡ ਬਲੈਕ ਹੈ। ਬਹੁਤ ਸੋਹਣਾ ਕੰਬੀਨੇਸ਼ਨ ਬਣਿਆ, ਆਪਾਂ ਨੇ ਸਿਲੈਕਟ ਕਰਕੇ ਆਪਣੇ ਕਰਮ ਵਾਲੀ ਦੇ ਬੁੱਲ ਸੀਮਨ ਤਾਂ ਹੀ ਯੂਜ਼ ਕੀਤਾ ਸੀਗਾ, ਅਤੇ ਵਾਹਿਗੁਰੂ ਦੀ ਕਿਰਪਾ ਰਹੀ, ਰੇਟ ਆਪਣਾ ਰਿਜ਼ਲਟ ਚੰਗਾ ਆਇਆ ਜੀ, ਧੰਨਵਾਦ ਜੀ। ਤੁਸੀਂ ਵੀ ਦੱਸਿਓ ਅਤੇ ਬੁੱਲ ਤੁਹਾਨੂੰ ਝੋਟਾ ਇਹ ਕਿਵੇਂ ਲੱਗਿਆ, ਲਾਈਕ ਕਮੈਂਟ ਸ਼ੇਅਰ ਜ਼ਰੂਰ, ਆਪਣੀ ਵੀਡੀਓ ਨੂੰ ਜ਼ਰੂਰ ਪਿਆਰ ਦਿਓ ਜੀ, ਧੰਨਵਾਦ।